ਕਰਕੇ ਨਗਰ ਨਿਵਾਸੀਆਂ ਦਾ ਆਪਾਂ ਧੰਨਵਾਦ ਕਰਦੇ ਹਾਂ। ਮਾਈਕ ਤੇ ਸਾਡੇ ਵੀਰ ਸਟੇਜ ਤੋਂ। ਹੈਲੋ, ਹਾਂਜੀ, ਅੰਪਾਇਰ ਸਾਹਿਬਾਨਾਂ ਨੂੰ ਬੇਨਤੀ ਆ ਵੀ ਜਿਹੜਾ ਟੀਮਾਂ ਨੂੰ ਲਾਈਨ ਅਪ ਕਰ ਲਓ ਜੀ, ਤਾਂ ਕਿ ਉਦਘਾਟਨੀ ਮੈਚ ਦੀ ਜਿਹੜੀ ਆ ਇੰਟਰੋਡਕਸ਼ਨ ਕਰਵਾਈ ਜਾ ਸਕੇ। ਅੰਪਾਇਰ ਸਾਹਿਬਾਨਾਂ ਨੂੰ ਬੇਨਤੀ ਆ ਟੀਮਾਂ ਨੂੰ ਲਾਈਨ ਅਪ ਕਰ ਲਓ ਜੀ। ਇੰਟਰੋਡਕਸ਼ਨ ਕਰਨ ਦੇ ਲਈ ਆਉਣਗੇ ਸਰਪੰਚ ਸਰਦਾਰ ਹਰਜੀਤ ਸਿੰਘ ਜੀ ਸੰਘਾ, ਪ੍ਰਧਾਨ ਸਰਦਾਰ ਗੁਰਜੀਤ ਸਿੰਘ ਜੀ ਕਾਲਾ, ਨਿਰਪਾਲ ਸਿੰਘ ਜੀ ਪੰਚ, ਸੁਰਿੰਦਰ ਕੁਮਾਰ ਜੀ ਛਿੰਦਾ, ਮੁਖਤਿਆਰ ਸਿੰਘ ਜੀ ਤੇ ਸਮੁੱਚਾ ਪੰਜਾਬੀ ਯੂਨੀਵਰਸਿਟੀ ਗਰੁੱਪ। ਪਲੀਜ਼ ਇੰਟਰੋਡਕਸ਼ਨ ਪਿੱਕਰ ਸਿੰਘ ਜੀ, ਸੁਖਵੀਰ ਸਿੰਘ ਜੀ, ਵੀਰ ਸਿੰਘ ਜੀ, ਇੰਜੀਨੀਅਰ ਕੁਲਵਿੰਦਰ ਸਿੰਘ ਜੀ, ਪਲੀਜ਼ ਸਾਰੇ ਹੀ ਆ ਜਾਓ ਜੀ, ਆ ਜਾਓ ਜੀ, ਆ ਜਾਓ ਜੀ। ਇੰਟਰੋਡਕਸ਼ਨ, ਅੱਜ ਦੇ ਜਿਹੜਾ ਕਬੱਡੀ ਕੱਪ ਆ ਉਹਦਾ ਪਹਿਲਾ ਮੈਚ ਜਿਹੜਾ ਕੁਝ ਹੀ ਮਿੰਟਾਂ ਦੇ ਵਿੱਚ ਸ਼ੁਰੂ ਹੋਣ ਵਾਲਾ, ਉਹਦੇ ਇੰਟਰੋਡਕਸ਼ਨ ਕਰਨ ਆ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ। ਬੇਨਤੀ ਕਰਦੇ ਹਾਂ ਇੰਟਰੋਡਕਸ਼ਨ ਲਈ ਆਓ ਜੀ। ਸਾਡਾ ਵੀਰ ਕ੍ਰਿਸ਼ਨ ਵਿਦੇਸਾ। ਹੈਲੋ ਹੈਲੋ, ਤੀਜੀ ਕਬੱਡੀ ਇਸ ਟੂਰਨਾਮੈਂਟ ਦੇ ਉੱਤੇ ਕੋਈ ਵੀ ਰੇਡਰ ਜਿਹੜਾ ਉਹ ਨਹੀਂ ਪਾ ਸਕਦਾ। ਤੀਜੀ ਕਬੱਡੀ ਆ ਜਿਹੜੀ ਉਹ ਬਿਲਕੁਲ ਬੰਦ ਹੈ। ਲਾਖੇੜ ਦੇ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨ ਦੇ ਲਈ ਪੁੱਜ ਰਹੀਆਂ ਸਾਰੀਆਂ ਮਾਣਯੋਗ ਅਤੇ ਸਤਿਕਾਰਯੋਗ ਸ਼ਖਸੀਅਤਾਂ ਦਾ ਧੰਨਵਾਦ ਹੈ ਕਿ ਸੰਧਲੀ ਸੰਧਲੀ ਪੈੜਾਂ ਨੇ ਯਾਰੋ ਕਿਹਨਾਂ ਦੀਆਂ, ਲੱਗਦਾ ਉਹ ਆ ਗਏ ਨੇ ਉਡੀਕਾਂ ਸੀਸਾਂ ਨੂੰ ਜਿਨ੍ਹਾਂ ਦੀਆਂ। ਇਸ ਖੇਡ ਕਲੱਬ ਦੇ ਲਈ ਵੱਡੇ ਯੋਗਦਾਨ ਨੇ ਕਾਰਾ ਪ੍ਰਧਾਨ ਜੀ, ਨਾਲ ਸਾਡੇ ਵੀਰ ਉਧਰੋਂ ਰਿੰਕੇ ਹੋਣੀ, ਨਾਲ ਲਾਲੀ ਹੋਣੀ, ਇਹਨਾਂ ਦੀ ਸਮੁੱਚੀ ਟੀਮ ਦਾ ਅੱਜ ਕਹਿੰਦੇ ਮੇਰੇ ਵੀਰ ਕਬੱਡੀ ਕੱਪ ਹੈ ਜਿੱਥੇ ਪੂਰੇ ਭਾਰ ਜੋਬਨ ਦੇ ਉੱਤੇ ਆ ਤਰਸੇਮ ਕੁਮਾਰ ਸੰਦੌੜ ਜੀ, ਕਬੱਡੀ ਦੀ ਰੈਫਰੀ ਦੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ। ਦੋਨੋਂ ਟੀਮਾਂ ਨੂੰ ਸਾਡੇ ਆਸ਼ੀਰਵਾਦ ਦੇ ਰਹੀਆਂ ਮਾਣਯੋਗ ਸ਼ਖਸੀਅਤ ਹੈ। ਉੱਥੇ ਲੱਕੀ ਬਾਡੀ ਬਿਲਡਰ ਸਾਡਾ ਵੀਰ ਸਰੌਤ, ਜਿਹਨਾਂ ਵੀਰਾਂ ਦੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਮਾਣ ਸਨਮਾਨ ਕੀਤੇ ਜਾਣੇ ਨੇ, ਉਹ ਵੀ ਉਚੇਚੇ ਤੌਰ ਦੇ ਉੱਤੇ ਚੱਲ ਕੇ ਆਏ ਨੇ ਅੱਜ ਇਸ ਟੂਰਨਾਮੈਂਟ ਦੇ ਉੱਤੇ। ਆਪਾਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ, ਵੱਡਾ ਯੋਗਦਾਨ ਬਣਿਆ ਹੋਇਆ। ਉੱਥੇ ਦਰਸ਼ਕਾਂ ਦਾ ਇੱਕ ਇੱਕ ਚੱਲਿਆ ਹੋਇਆ ਕਦਮ ਖੇਡ ਕਲੱਬ ਦੇ ਸਿਰ ਮੱਥੇ ਹੈ। ਆਪਾਂ ਵੱਡੀ ਮੁਬਾਰਕਬਾਦ ਪੇਸ਼ ਕਰਾਂਗੇ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ। ਮੈਚ ਜਿਹੜਾ ਗਰਾਊਂਡ ਦੇ ਵਿੱਚ ਸ਼ੁਰੂ ਹੋਵੇਗਾ, ਉਦਘਾਟਨ ਤੋਂ ਬਾਅਦ ਜਾਣ ਪਹਿਚਾਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਅੱਜ ਇਸ ਟੂਰਨਾਮੈਂਟ ਦੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਰੇ ਗਰੁੱਪ ਦਾ ਧੰਨਵਾਦ ਆ ਅੱਜ ਇਸ ਟੂਰਨਾਮੈਂਟ ਦੇ ਉੱਤੇ। ਜਿੰਨੇ ਵੀ ਵੀਰ ਆਪਣੇ ਕੀਮਤੀ ਸਮੇਂ ਨੂੰ ਸੰਕੋਚਦੇ ਹੋਏ ਅੱਜ ਇਸ ਟੂਰਨਾਮੈਂਟ ਦੇ ਉੱਤੇ ਪਹੁੰਚੇ ਨੇ, ਆਪਾਂ ਨਾਲ ਦੀ ਨਾਲ ਧੰਨਵਾਦ ਕਰਾਂਗੇ। ਯਾਦਗਾਰੀ ਤਸਵੀਰ ਅੱਜ ਇਸ ਟੂਰਨਾਮੈਂਟ ਦੀ, ਦੋਨੋਂ ਟੀਮਾਂ ਦਾ ਧੰਨਵਾਦ ਆ। ਲੈ ਵੀ ਗੋਪੀ ਕੇਲੋਂ ਵਾਲੇ ਆ, ਕਿਹੜੀਆਂ ਕਿਹੜੀਆਂ ਟੀਮਾਂ ਦਾ ਇਹ ਮੈਚ ਹੋਣ ਜਾ ਰਿਹਾ। ਹੈਲੋ, ਪਹਿਲਾ ਮੈਚ ਮੇਰੇ ਪੰਜਾਬੀ ਵੀਰ ਜੰਡ ਸਰ ਠੂਲੀਵਾਲ ਦੇ ਨਾਲ ਜਿਹੜਾ ਬੁਰਜ ਲੇਟਾਂ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਕਿ ਚੋਰਾਂ ਠੱਗਾਂ ਨੂੰ ਕਿਸ ਨੇ ਤਾਰਨਾ ਸੀ, ਗੁਰੂ ਨਾਨਕ ਜੇ ਅਵਤਾਰਨਾ ਹੁੰਦਾ, ਜੋੜ ਵੇਲੇ ਮਨਾਉਂਦੀ ਕਿਵੇਂ ਦੁਨੀਆ, ਸ਼ਹੀਦ ਦਸਵੇਂ ਗੁਰਾਂ ਦਾ ਜੇਕਰ ਪਰਿਵਾਰ ਨਾ ਹੁੰਦਾ, ਕਿ ਭਾਰਤ ਧੀਰਿਆ ਸਦਾ ਗੁਲਾਮ ਰਹਿੰਦਾ, ਜੇਕਰ ਭਗਤ ਸਿੰਘ ਸਰਦਾਰ ਨਾ ਹੁੰਦਾ, ਜੇਕਰ ਭਗਤ ਸਿੰਘ ਸਰਦਾਰ ਨਾ ਹੁੰਦਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਹਿਲੇ ਪੁਆਇੰਟ ਦੇ ਉੱਤੇ ਕਹਿੰਦੇ 100 ਰੁਪਏ ਦੇ ਮਾਣ ਸਨਮਾਨ ਹੋਣਗੇ। ਹੰਦਿਆਂ ਦੇ ਵਿਚਕਾਰ ਖੜਾ ਨੌਜਵਾਨ ਰਵੀ, ਪਹਿਲੀ ਕਬੱਡੀ ਪਾਉਣ ਦੇ ਲਈ ਇੱਕ ਵਾਰ ਤਾੜੀ ਮਾਰ ਦਿਓ। ਅੱਜ ਦੇ ਟੂਰਨਾਮੈਂਟ ਦੀ ਪਹਿਲੀ ਕਬੱਡੀ, ਕਿ ਮੱਥਾ ਟੇਕਿਆ ਮੁੰਡੇ ਨੇ, ਹੱਥ ਜੋੜੇ ਵੇਖੋ, ਲੱਗਿਆ ਰੱਬ ਨੂੰ ਧਿਆਉਣ, ਲੋਕੋ ਮਾਰੋ ਤਾੜੀਆਂ, ਸ਼ੇਰ ਨੂੰ ਦੋ ਥਾਪੀ,
ਕੀਤਾ ਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਇਹ ਆ ਰਵੀ ਕਹਿੰਦੇ ਆਪਣੀ ਟੀਮ ਦੇ ਲਈ ਲੱਖਾਂ ਜੇ ਪਾਉਣ ਦਾ ਵਾਅਦਾ ਕਰਦਾ ਹੋਇਆ ਫਿਰ ਮੈਦਾਨ ਦੇ ਵਿੱਚ ਗੋਪੀ ਕੇਲੋ ਵਾਲਾ ਸਾਡਾ ਵੀਰ ਗੱਲ ਕਰਦਾ ਹੋਇਆ ਹਲੋ ਹੈਜ਼ਰ ਮੇਰੇ ਵੀਰੋ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਬੇਰਾ ਪੈਦਾ ਹੁੰਦੇ ਨੇ ਸੂਰਮੇ ਸ਼ੀਰ ਜਿੱਥੇ ਸਰਵੰਸ ਬਾਰ ਕੇ ਨੇ ਰੱਬ ਨੂੰ ਹਾਲ ਦੱਸਦੇ ਸੌਂਗੇ ਕੰਡਿਆਂ ਦੇ ਉੱਤੇ ਮਰੀਦ ਜਿੱਥੇ ਵੱਡੇ ਵੱਡੇ ਧਾਰਨੀਆਂ ਦੇ ਜਿੱਥੇ ਨੇ ਮੂੰਹ ਮੁੜ ਗਏ ਖੁਸ਼ਬੂ ਸੁੰਘ ਕੇ ਇਸ ਗੁਲਾਬ ਦੀ ਜੀ ਜਿੱਥੋਂ ਦੇ ਲੋਕ ਨੇ ਅਣਖ ਲਈ ਮਰ ਜਾਂਦੇ ਇਹ ਖੇਡ ਹੈ ਉਸ ਪੰਜਾਬ ਦੀ ਜੀ ਅੱਜ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਸੰਤ ਬਾਬਾ ਬਲਵੰਤ ਸਿੰਘ ਜੀ ਸਿਓਣਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਅੱਜ ਦਾ ਵੱਡਾ ਕਬੱਡੀ ਕੱਪ ਇੱਧਰ ਕਹਿੰਦੇ ਮੁੰਡੇ ਦਾ ਕਲਸੀਆਂ ਪਿੰਡ ਹੈ ਤੇ ਕਾਕਾ ਨਾਮ ਹੈ ਮੇਰੇ ਵੀਰੋ ਕਹਿੰਦੇ ਕਾਕਾ ਕਲਸੀਆਂ ਵਾਲਾ ਇਸ ਵੇਲੇ ਨੌਜਵਾਨ ਕਬੱਡੀ ਪਾਉਂਦਾ ਹੈ ਮੈਦਾਨ ਦੇ ਵਿੱਚ ਸਾਹਮਣੇ ਚਾਰ ਜਾਫੀ ਨੇ ਮੇਰੇ ਵੀਰੋ ਇਸ ਵੇਲੇ ਕਹਿੰਦੇ ਕਿਹੜਾ ਜਾਫੀ ਟਰਾਈ ਕਰੇਗਾ ਕਹਿੰਦੇ ਇੱਧਰ ਪੁਆਇੰਟ ਜਿਹੜਾ ਕਾਕਾ ਨੌਜਵਾਨ ਆਪਣੀ ਟੀਮ ਦੇ ਸੋਚ ਜੋੜਦਾ ਹੋਇਆ ਹਾਂ ਵੀ ਕ੍ਰਿਸ਼ਨ ਸਿੰਘ ਕਰ ਫਿਰ ਗੱਲ ਇਸ ਮੁੰਡੇ ਦੀ ਜੰਟ ਸਾਹਿਬ ਠੁੱਲੀਵਾਲ ਪਿੰਡ ਆ ਕਹਿੰਦੇ ਜੱਸੀ ਕੈਨੇਡਾ ਦੇ ਵਿੱਚ ਰਹਿੰਦਾ ਇਹ ਆ ਕਹਿੰਦੇ ਮਨਦੀਪ ਕਹਿੰਦੇ ਨੌਜਵਾਨ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਉਧਰੋਂ ਜਿੱਥੇ ਕਹਿੰਦੇ ਮਹਾਰਾਜ ਬਲਵੰਤ ਸਿੰਘ ਜੀ ਸਖੋੜੇ ਵਾਲੇ ਉਹਨਾਂ ਦੀ ਯਾਦ ਨੂੰ ਸਮਰਪਿਤ ਆਦਾ ਇਹ ਟੂਰਨਾਮੈਂਟ ਗੁਰਜੀਤ ਸਿੰਘ ਜੀ ਕਾਲਾ ਪ੍ਰਧਾਨ ਸਾਹਿਬ 100 ਰੁਪਏ ਦੇ ਮਾਣ ਸਨਮਾਨ ਪੋਦਾ ਕਰਦੇ ਨੇ ਨਾ ਮਨਦੀਪ ਦੀ ਪਈ ਹੋਈ ਕਬੱਡੀ ਆ ਇਧਰੋਂ ਜਾਫੀ ਨੇ ਕਹਿੰਦੇ ਡੋਲੇ ਦੇ ਉੱਤੇ ਵੱਖਰਾ ਜਿਹਾ ਟੈਟੂ ਕਦਵਾਇਆ ਹੋਇਆ ਤੇ ਪਾਣ ਜਿਹੜਾ ਮਨਦੀਪ ਠੁੱਲੀਵਾਲ ਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਰਵੀ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਉਦੋਂ ਅਗਲੇ ਜਿਹੜੇ ਮੈਚ ਆਉਣੇ ਨੇ ਉਹ ਵੀ ਟੀਮਾਂ ਸਾਡੇ ਵੀਰ ਗੋਪੀ ਹੋਣੀ ਜ਼ਰੂਰ ਦੱਸਣਗੇ ਬਹੁਤ ਬਹੁਤ ਧੰਨਵਾਦ ਹੈ ਅਗਲਾ ਮੈਚ ਦੀਆਂ ਦੋਨੋਂ ਟੀਮਾਂ ਜਿਹੜੀਆਂ ਧਨੌਲਾ ਤੇ ਮਾਣੂ ਕੇ ਸੰਧੂ ਇੱਕ ਨੰਬਰ ਦੇ ਵਿੱਚ ਆ ਜਾਣ ਧਨੌਲਾ ਤੇ ਮਾਣੂ ਕੇ ਸੰਧੂ ਉਧਰ ਜਾਫੀ ਮੇਰੇ ਵੀਰੋ ਇਸ ਵੇਲੇ ਕਹਿੰਦੇ ਪੂਰੀ ਟਰਾਈ ਕਰਦਾ ਹੋਇਆ ਸਾਹਮਣੇ ਜੱਫਾ ਲਾਉਣੇ ਦੀ ਸਾਹਮਣੇ ਮੇਰੇ ਵੀਰੋ ਜੱਫਾ ਲੱਗੂ ਜਾਂਦਾ ਹੀ ਇੱਧਰ ਪੁਆਇੰਟ ਜਿਹੜਾ ਪੰਮਾ ਬਵਾਣੀ ਵਾਲਾ ਦੱਸ ਰਿਹਾ ਕਿ ਪੁਆਇੰਟ ਜਿਹੜਾ ਮੁੰਡੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਚੱਲ ਵੀ ਜਵਾਨਾ ਫਿਰ ਪਾ ਕਬੱਡੀ ਇੱਧਰ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਨੌਜਵਾਨ ਧਾਵੀ ਕਹਿੰਦੇ ਮਧਰਾ ਜਿਹਾ ਸਰੀਰ ਹੈ ਇੱਕ ਪਾਸੇ ਕਹਿੰਦੇ ਨੌਜਵਾਨ ਚਾਰ ਜਾਫੀ ਨੇ ਹੁਣ ਛੀਣੀਆਂ ਮਾਵਾਂ ਦੇ ਬੱਬਰ ਸ਼ੇਰ ਪੁੱਤ ਇਹਦੇ ਪਾਸੇ ਕਹਿੰਦੇ ਭਲਵਾਨ ਟਰਾਈ ਕਰ ਰਿਹਾ ਮੇਰੇ ਵੀਰੋ ਸਾਹਮਣੇ ਭਲਵਾਨ ਟਰਾਈ ਕਰ ਰਿਹਾ ਜੱਫਾ ਲਾਉਣ ਦੀ ਹੁਣ ਜੱਫਾ ਲੱਗੂ ਜਾਂ ਨਹੀਂ ਇਹ ਤੇ ਸਮੇਂ ਦੇ ਮੰਗਲ ਆਉਣੇ ਨੇ ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਆਇਆ ਲੈ ਵੀ ਕਾਕਿਆ ਫਿਰ ਪਾਗਲੀ ਕਬੱਡੀ ਸਿੰਘ ਸਟੂਡੀਓ ਵਾਲੇ ਵੀਰਾਂ ਦਾ ਧੰਨਵਾਦ ਹੈ ਨਾਲ ਹੀ ਜੁਝਾਰ ਫੀਡ ਵਾਲੇ ਵੀਰਾਂ ਦਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਪਿਆਰਾ ਮਨਵੀ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਹੀ ਕਬੱਡੀ 365.com ਵਾਲੇ ਵੀਰਾਂ ਦਾ ਧੰਨਵਾਦ ਹੈ ਪੂਰੀ ਦੁਨੀਆ ਦੇ ਵਿੱਚ ਲਾਈਵ ਹੋ ਰਿਹਾ ਹੈ ਮੇਰੇ ਵੀਰੋ ਅੱਜ ਦਾ ਕਬੱਡੀ ਕੱਪ ਉਧਰ ਕਾਕਾ ਕਲਸੀਆਂ ਦਾ ਸਾਹਮਣੇ ਚਾਰ ਜਾਫੀ ਨੇ ਮੇਰੇ ਵੀਰੋ ਸਾਹਮਣੇ ਕਹਿੰਦੇ ਨੌਜਵਾਨ ਕਾਕੇ ਨਾਲ ਹੁੰਦੀ ਹੈ ਟਰਾਈ ਹੈ ਇਸ ਨੌਜਵਾਨ ਨੂੰ ਮੇਰੇ ਵੀਰੋ ਜੱਫਾ ਲਾਉਣੇ ਦੀ ਪਰ ਕਾਕਾ ਮੇਰੇ ਵੀਰੋ ਭਲਵਾਨਾਂ ਦਾ ਸਰੀਰ ਹੈ ਮੁੰਡੇ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਜਵਾਨਾ ਫਿਰ ਪਾ ਕਬੱਡੀ ਹਾਂ ਵੀ ਕ੍ਰਿਸ਼ਨ ਕਰ ਫਿਰ ਇਸ ਮੁੰਡੇ ਦੀ ਗੱਲ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਬੱਡੀ ਪਾਉਣ ਲਈ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਇਧਰੋਂ ਵੇਖਾਂਗੇ ਹੁਣ ਖੇਡ ਮੈਦਾਨ ਦੇ ਵਿੱਚ ਕੌਣ ਖਿਡਾਰੀ ਵੱਧ ਕੇ ਜੱਫਾ ਲਾਉਂਦਾ ਗਿੰਨੀ ਵੀ ਕਹਿੰਦੇ ਪਈ ਹੋਈ ਕਬੱਡੀ ਹੈ ਉਧਰੋਂ ਸਿੰਘ ਦੇ ਨਾਲ ਮੁਕਾਬਲਾ ਤੇ ਸਾਡਾ ਵੀਰ ਸੱਦੋ ਵਾਲੀ ਮੀਂਹ ਫੈਸਲੇ ਕਰਦਾ ਕਿ ਪਾਣ ਜਿਹੜਾ ਇਸ ਖਿਡਾਰੀ ਦੀ ਟੀਮ ਦੇ ਲਈ ਜੁੜਦਾ ਹੋਇਆ ਕਿ ਆ ਗਏ ਨੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿੱਦਾਂ ਵਾਢੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਅੱਜ ਕੌਡੀ ਤੋਂ ਹੀਰਾ ਬਣ ਜੂ ਜਿਹਨੂੰ ਲੱਗ ਜੂ ਇਸ਼ਕ ਕਬੱਡੀ ਦਾ ਅੱਜ ਕਬੱਡੀ ਵਾਈਫਾਈ ਪੇਜ ਦੇ ਸਾਡੇ ਵੀਰ ਐਡਮੈਨ ਜੋਨੀ ਚੀਮੇ ਦਾ ਕਹਿੰਦੇ ਵਿਸ਼ੇਸ਼ ਤੌਰ ਦੇ ਉੱਤੇ ਮਾਣ ਸਨਮਾਨ ਕੀਤਾ ਜਾਣਾ ਇਹ ਵੀ ਇੱਕ ਵੱਡੇ ਮਾਣ ਵਾਲੀ ਗੱਲ ਹੈ ਜਿੱਥੇ ਦੁਨੀਆ ਦੇ ਸੁਪਰ ਸਟਾਰ ਖਿਡਾਰੀਆਂ ਦੀ ਗੱਲ ਹੋਣੀ ਹੈ ਨਾ ਮਨਦੀਪ ਦੀ ਪਈ ਹੋਈ ਕਬੱਡੀ ਉਧਰੋਂ ਦੋ ਨੰਬਰ ਕਬੱਡੀ ਗਰਾਊਂਡ ਦੇ ਵਿੱਚ ਜਿਹੜੀਆਂ ਟੀਮਾਂ ਨੇ ਉਹਨਾਂ ਟੀਮਾਂ ਦਾ ਮੈਚ ਖੇਡਿਆ ਜਾਣਾ ਝਨੇਰ ਏ ਤੇ ਬਾਬਾ ਮੋਹਨਦਾਸ ਕਬੱਡੀ ਕਲੱਬ ਠੁੱਲੇਵਾਲ ਝਨੇਰ ਏ ਤੇ ਬਾਬਾ ਮੋਹਨਦਾਸ ਕਬੱਡੀ ਕਲੱਬ ਠੁੱਲੇਵਾਲ ਦੀਆਂ ਟੀਮਾਂ ਵੀਹ ਨੰਬਰ ਕਬੱਡੀ ਗਰਾਊਂਡ ਦੇ ਵਿੱਚ ਸੰਪਰਕ ਕਰ ਲੈਣ ਲਾ ਰਵੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਕਹਿੰਦੇ ਖੁੱਚ ਪੱਟੀ ਹੈ ਖੁੱਚ ਪੱਟਣੀ ਤੇ ਔਖੀ ਹੁੰਦੀ ਕੌਡੀ ਵਿੱਚ ਲਾਉਣੀ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਸੁਰਜੀਤ ਕਕਰਾਲੀ ਜੀ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਨਾਲ ਰੁਪਿੰਦਰ ਜਲਾਲ ਜੀ ਸਾਡਾ ਵੀਰ ਬਿੱਟੂ ਚਾਕਲ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ ਅੱਜ ਇਸ ਕਬੱਡੀ ਟੂਰਨਾਮੈਂਟ ਦੇ ਉੱਤੇ ਅਗਲੀਆਂ ਟੀਮਾਂ 20 ਨੰਬਰ ਕਬੱਡੀ ਗਰਾਊਂਡ ਦੇ ਵਿੱਚ ਬਾਬਾ ਮੋਹਨਦਾਸ ਕਬੱਡੀ ਕਲੱਬ ਠੁੱਲੇਵਾਲ ਤੇ ਝਨੇਰ ਏ ਦੀਆਂ ਟੀਮਾਂ ਤੇ 1 ਨੰਬਰ ਕਬੱਡੀ ਗਰਾਊਂਡ ਦੇ ਵਿੱਚ ਮੈਚ ਹੋਣਾ ਧਨੌਲਾ ਤੇ ਮਾਣੂ ਕੇ ਸੰਧੂ ਦੁਨੀਆ ਦੇ ਕਹਿੰਦੇ ਸੁਪਰ ਸਟਾਰ ਖਿਡਾਰੀਆਂ ਦੀ ਗੱਲ ਅੱਜ ਸੰਧੌੜ ਦੇ ਕਬੱਡੀ ਕੱਪ ਦੇ ਹੋਣੀ ਹੈ ਉਧਰੋਂ ਮਨਦੀਪ ਬਾਗੜੀ ਹੋਣੀ ਆਪਣੇ ਮਿੱਤਰਾਂ ਦੇ ਨਾਲ ਪਹੁੰਚੇ ਹੋਏ ਨੇ ਕਾਕੇ ਦੀ ਕਬੱਡੀ ਤੇ ਸਾਡਾ ਵੀਰ ਕੇਲੋ ਵਾਲਾ ਗੱਲ ਕਰੂ ਖੇਡ ਮੈਦਾਨ ਵਿੱਚ ਹੈਦਰ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੌਜਵਾਨ ਜਿਹੜੇ ਪਿੰਡ ਦਾ ਜੌਂਟੀ ਜਿਹੜੇ ਪਿੰਡ ਦੇ ਰਾਜੇ ਹੋਣੀ ਜਿਹੜੇ ਪਿੰਡ ਦੇ ਇੰਦਰਜੀਤ ਹੋਣੀ ਮੇਰੇ ਵੀਰੋ ਸਟਾਰ ਨੇ ਕਬੱਡੀ ਦੇ ਉਸੇ ਪਿੰਡ ਦਾ ਨੌਜਵਾਨ ਕਹਿੰਦੇ ਕਾਕਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਚਾਰ ਜਾਫੀ ਨੇ ਅਗਲਾ ਮੈਚ ਧਨੌਲਾ ਤੇ ਮਾਣੂ ਕੇ ਸੰਧੂ
ਧਨਾਲਾ ਤੇ ਮਾਨੂ ਕੇ ਸੰਧੂ ਟੀਮਾਂ ਜਲਦੀ ਆ ਜਾਣਾ ਹੈਲੋ ਹੈਲੋ ਦੋ ਨੰਬਰ ਗਰਾਊਂਡ ਦੀਆਂ ਟੀਮਾਂ ਜਿਹੜੀਆਂ ਦੋ ਨੰਬਰ ਵਿੱਚ ਆ ਜਾਣ ਝਨੇਰ ਏ ਬਾਰਸ਼ ਚ ਬਾਬਾ ਮੋਹਨਦਾਸ ਕਲੱਬ ਠੁੱਲੇਵਾਲ ਧਨੌਲਾ ਤੇ ਮਾਨੂ ਕੇ ਸੰਧੂ ਧਨੌਲਾ ਤੇ ਮਾਨੂ ਕੇ ਸੰਧੂ ਇੱਕ ਨੰਬਰ ਵਿੱਚ ਆ ਜਾਣ ਧਨੌਲਾ ਤੇ ਮਾਨੂ ਕੇ ਸੰਧੂ ਐਂਦਰ ਮੇਰੇ ਵੀਰੇ ਸਾਹਮਣੇ ਕਹਿੰਦੇ ਧਾਵੀ ਮੇਰੇ ਵੀਰੇ ਉੱਤ ਕੇ ਧਾਵੀਆਂ ਦੇ ਧਾਵੇ ਕਰੀ ਜਾਂਦੇ ਨੇ ਕਮਾਲ ਖੁਸ਼ੀ ਲੋਕ ਵੀ ਮਨਾਉਂਦੇ ਜਿਵੇਂ ਪੈਂਦੀ ਗਿੱਧੇ ਚ ਧਮਾਲ ਆਦਰ ਪੁਆਇੰਟ ਜਿਹੜਾ ਮੇਰੇ ਵੀਰੋ ਜਾਫੀ ਨੇ ਇਸ ਵੇਲੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲਾ ਮੈਚ ਧਨੌਲਾ ਤੇ ਮਾਨੂ ਕੇ ਸੰਧੂ ਟੀਮਾਂ ਇੱਕ ਨੰਬਰ ਦੇ ਵਿੱਚ ਆਉਣ ਧਨੌਲਾ ਤੇ ਮਾਨੂ ਕੇ ਸੰਧੂ ਦੋ ਨੰਬਰ ਦੇ ਵਿੱਚ ਝਨੇਰ ਤੇ ਮੋਹਨਦਾਸ ਠੁੱਲੇਵਾਲ ਇਸ ਮੈਚ ਦੇ ਵਿੱਚੋਂ ਜੰਡਸਰ ਠੁੱਲੀਵਾਲ ਦੀ ਟੀਮ ਜਿਹੜੀ ਬਾਜ਼ੀ ਮਾਰ ਚੁੱਕੀ ਹੈ ਇਹ ਪ੍ਰਬੰਧਕ ਵੀਰ ਜਿਹੜੇ ਨੋਟ ਕਰ ਲੈਣ ਜੰਡਸਰ ਠੁੱਲੀਵਾਲ ਦੀ ਟੀਮ ਜਿਹੜੀ ਜੇਤੂ ਰਹੀ ਹੈ ਅਗਲਾ ਮੈਚ ਜਿਹੜਾ ਇੱਕ ਨੰਬਰ ਦੇ ਵਿੱਚ ਧਨੌਲਾ ਤੇ ਮਾਨੂ ਕੇ ਸੰਧੂ ਦੀਆਂ ਟੀਮਾਂ ਜਲਦੀ ਨਾਲ ਆ ਜਾਣ ਧਨੌਲਾ ਤੇ ਮਾਨੂ ਕੇ ਸੰਧੂ ਝਨੇਰ ਏ ਮਾਰਸ਼ ਬਾਬਾ ਮੋਹਨਦਾਸ ਠੁੱਲੇਵਾਲ ਇਹ ਜਿਹੜੀਆਂ ਦੋ ਨੰਬਰ ਦੇ ਵਿੱਚ ਚਲੀਆਂ ਜਾਣ ਝਨੇਰ ਏ ਮਾਰਸ਼ ਠੁੱਲੇਵਾਲ ਇਹ ਦੋ ਨੰਬਰ ਵਿੱਚ ਚਲੇ ਜਾਣ ਰਾਉ ਕੇ ਕਲਾਂ ਤੇ ਗੈਲਾ ਘੱਲੂਕਰ ਆ ਇਹ ਵੀ ਜਿਹੜੀਆਂ ਦੋ ਨੰਬਰ ਦੇ ਵਿੱਚ ਹੀ ਆ ਜਾਣ ਮਾਨੂ ਕੇ ਸੰਧੂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਧਨੌਲੇ ਦੀ ਟੀਮ ਆ ਜਿਹੜੀ ਉਹ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਮਾਨੂ ਕੇ ਸੰਧੂਆਂ ਵਾਲਾ ਹੈਪੀ ਆਪਣੀ ਟੀਮ ਨੂੰ ਲੈ ਕੇ ਪੁੱਜੇ ਹੈ ਇੱਕ ਵਾਰ ਹੈਪੀ ਦਰਸ਼ਕਾਂ ਦੇ ਨਾਲ ਫਤਿਹ ਸਾਂਝੀ ਕਰੇਗਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤਾੜੀ ਮਾਰ ਦੋ ਦਰਸ਼ਕ ਵੀਰੋ ਮਾਨੂ ਕੇ ਸੰਧੂਆਂ ਵਾਲਾ ਹੈਪੀ ਦੁਨੀਆਂ ਦਾ ਸੁਪਰ ਸਟਾਰ ਕਬੱਡੀ ਖਿਡਾਰੀ ਅੱਜ ਇਸ ਟੂਰਨਾਮੈਂਟ ਦੇ ਉੱਤੇ ਆਪਣੀ ਟੀਮ ਨੂੰ ਲੈ ਕੇ ਪੁੱਜੇ ਹੈ ਤੇ ਨਾਲ ਧਨੌਲੇ ਦੀ ਟੀਮ ਪੰਜਾਬ ਦੇ ਉੱਚ ਕੋਟੀ ਦੇ ਖੇਡ ਮੇਲਿਆਂ ਦੀ ਜੇਤੂ ਟੀਮ ਮੰਨੀ ਗਈ ਹੈ ਉਹ ਟੀਮ ਵੀ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪੁੱਜੇ ਧਨੌਲਾ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਸਾਡੇ ਚੇਅਰਮੈਨ ਕੁਲਵੀਰ ਸਿੰਘ ਜੀ ਰਿੰਕਾ ਨਾਲ ਵਾਈਸ ਚੇਅਰਮੈਨ ਰਵਨੀਤ ਸਿੰਘ ਜੀ ਪ੍ਰਧਾਨ ਚਮਕੌਰ ਸਿੰਘ ਜੀ ਕੌਰਾ ਸਾਰੀਆਂ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਇਸ ਟੂਰਨਾਮੈਂਟ ਦੇ ਉੱਤੇ ਇੱਕ ਮਿੰਟ ਦਾ ਸਮਾਂ ਧਨੌਲੇ ਦੀ ਟੀਮ ਨੂੰ ਵਾਰ ਵਾਰ ਆਵਾਜ਼ ਪਾ ਰਹੀ ਹੈ ਪਿਛਲੇ ਕਈ ਸਮੇਂ ਤੋਂ ਧਨੌਲੇ ਦੀ ਟੀਮ ਆ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਬਿਨਾਂ ਕਿਸੇ ਦੇਰੀ ਤੋਂ 20 ਨੰਬਰ ਗਰਾਊਂਡ ਦੇ ਵਿੱਚ ਜਿਹੜੀਆਂ ਟੀਮਾਂ ਦਾ ਮੈਚ ਅਨਾਊਂਸ ਹੋਇਆ ਝਨੇਰ ਏ ਦਾ ਮੈਚ ਬਾਬਾ ਮੋਹਨਦਾਸ ਕਬੱਡੀ ਕਲੱਬ ਠੁੱਲੇਵਾਲ ਦੀਆਂ ਟੀਮਾਂ ਉਹ 20 ਨੰਬਰ ਕਬੱਡੀ ਗਰਾਊਂਡ ਦੇ ਵਿੱਚ ਸੰਪਰਕ ਕਰ ਲੈਣ ਬਹੁਤ ਬਹੁਤ ਧੰਨਵਾਦ ਇੱਕ ਨੰਬਰ ਕਬੱਡੀ ਗਰਾਊਂਡ ਦੇ ਵਿੱਚ ਜਿਹੜਾ ਮੈਚ ਆਉਣਾ ਧਨੌਲੇ ਦਾ ਤੇ ਮਾਨੂ ਕੇ ਸੰਧੂਆਂ ਦੀ ਟੀਮ ਦੇ ਨਾਲ ਹੈਲੋ ਕ੍ਰਿਸ਼ਨ ਜੀ ਇਹ ਪ੍ਰਬੰਧਕ ਵੀਰ ਕਹਿੰਦੇ ਜਿਹੜਾ ਖਿਡਾਰੀ ਜਿਹੜੇ ਰਸਤੇ ਜਾ ਰਹੇ ਨੇ ਰਸੂਲਪੁਰ ਤੇ ਝਨੇਰ 20 ਦੀਆਂ ਟੀਮਾਂ ਇੱਕ ਨੰਬਰ ਦੇ ਵਿੱਚ ਆ ਜਾਣ ਰਸੂਲਪੁਰ ਤੇ ਝਨੇਰ 20 ਹੈਪੀ ਵੀਰ ਤੁਸੀਂ ਇੱਕ ਤੋਂ ਮੈਂ ਜਿਹੜਾ ਵੇਟ ਕਰਨੀ ਪੈਣੀ ਹੈ ਮੇਰੀ ਬੇਨਤੀ ਹੈ ਝਨੇਰ 20 ਤੇ ਰਸੂਲਪੁਰ ਝਨੇਰ 20 ਤੇ ਰਸੂਲਪੁਰ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਆ ਜਾਣ ਦੋ ਨੰਬਰ ਦੇ ਵਿੱਚ ਝਨੇਰ ਏ ਤੇ ਬਾਬਾ ਮੋਹਨਦਾਸ ਕਲੱਬ ਠੁੱਲੇਵਾਲ ਦੋ ਨੰਬਰ ਦੇ ਵਿੱਚ ਚਲੀਆਂ ਜਾਣ ਝਨੇਰ 20 ਤੇ ਰਸੂਲਪੁਰ ਝਨੇਰ 20 ਤੇ ਰਸੂਲਪੁਰ ਦੋਨੋਂ ਟੀਮਾਂ ਜਿਹੜੀਆਂ ਇੱਕ ਨੰਬਰ ਗਰਾਊਂਡ ਦੇ ਵਿੱਚ ਪਹੁੰਚਦੀਆਂ ਆ ਜਾਣ ਮੂਵ ਸਪਰੇ ਜਿਹੜੇ ਵੀਰ ਕੋਲੇ ਹੈ ਉਹ ਵੀਰ ਜਿਹੜੇ ਮੂਵ ਸਪਰੇ ਲੈ ਆਉਣ ਜਿਹੜੇ ਵੀਰ ਕੋਲੇ ਮੂਵ ਸਪਰੇ ਹੈ ਝਨੇਰ 20 ਦੇ ਨਾਲ ਜਿਹੜਾ ਰਸੂਲਪੁਰ ਦਾ ਮੈਚ ਆਉਣਾ ਹੈ ਦੋਨੋਂ ਟੀਮਾਂ ਜਲਦੀ ਨਾਲ ਆ ਜਾਣ ਹੈਲੋ ਹੁਣ ਇੱਥੇ ਸਾਡੇ ਪ੍ਰਬੰਧਕ ਵੀ ਥੋੜ੍ਹੀ ਜਿਹੀ ਲਿਆ ਜਾ ਜਿਹੜੀ ਉਹ ਘਟਾ ਦੇਣ ਧਨੌਲਾ ਮੈਨੂੰ ਲੱਗਦਾ ਇੱਥੋਂ ਨੇੜੇ ਆਉਣਾ ਜੇ ਤਾਂ ਇੱਧਰ ਮੈਚ ਹੁੰਦਾ ਕਿਤੇ ਪਾਇਲ ਤੋਂ ਗਾਂ ਤਾਂ ਆਪਾਂ ਧਨੌਲੇ ਨੂੰ ਸਮਾਂ ਦੇ ਦਿੰਦੇ ਇੱਥੋਂ ਤਾਂ ਧਨੌਲਾ ਨੇੜੇ ਆਉਣਾ ਯਾਰ 3 ਵੱਜ ਗਏ ਨੇ ਦਰਸ਼ਕ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਸਵੇਰ ਤੋਂ ਇਹਨਾਂ ਖਿਡਾਰੀਆਂ ਦਾ ਵੱਡੇ ਵੱਡੇ ਇਨਾਮ ਨੇ ਵੱਡੇ ਵੱਡੇ ਪ੍ਰਾਈਜ਼ ਨੇ ਬੈਸਟ ਰੇਡਰ ਤੇ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾ ਰਹੇ ਨੇ ਘਾਟ ਕਿਸੇ ਚੀਜ਼ ਦੀ ਨਹੀਂ ਘਾਟ ਜਿਹੜੀ ਇਹਨਾਂ ਦੇ ਸਮੇਂ ਦੀ ਹੈ ਸਮੇਂ ਦੇ ਨਾਲ ਨਹੀਂ ਆਉਂਦੇ ਸਾਰੀਆਂ ਟੀਮਾਂ ਦੇ ਉਧਰੋਂ ਕਾਲਾ ਕਹਿੰਦੇ ਧਨੌਲੇ ਵਾਲਾ ਦਰਸ਼ਕ ਵੀਰੋ ਤਾੜੀ ਮਾਰ ਦੋ ਲੰਡੀ ਜੀਬ ਦਾ ਜੇਤੂ ਕਹਿੰਦੇ ਧੂਰਪੁਰ ਰਣਸੀ ਦੇ ਟੂਰਨਾਮੈਂਟ ਦਾ ਨਾਲ ਕਹਿੰਦੇ ਭਿੰਦਾ ਸੰਧੂ ਧਨੌਲੇ ਵਾਲਾ ਇੱਕ ਵਾਰ ਤਾੜੀ ਮਾਰ ਦੋ ਇਹਨਾਂ ਖਿਡਾਰੀਆਂ ਦੇ ਨਾਂ ਦੇ ਉੱਤੇ ਉਧਰੋਂ ਪੀਤਾ ਕੁੱਪ ਵਾਲਾ ਪਹੁੰਚਿਆ ਹੋਇਆ ਆਪਣੇ ਮਿੱਤਰਾਂ ਦੇ ਨਾਲ
कहना नजारा बखरा अज संधौड़ कबड्डी कप लाना जिते दुनिया के कहने सुपर स्टार आज इस टूर्नामेंट के पुजणगे नाल दुनिया के कहने प्रसिद्ध बुलारे भी हाजरी अपनी लवाउणगे इस टूर्नामेंट के इस माइक तो साढ़े वीर रुपिंदर जलाल जी नाल जीता ककराली जी नाल बिट्टू चक जी सारे वीर का धन्यवाद है दुनिया के सुपर स्टार खिलाड़ियों की गल बी नंबर ग्राउंड के मैच की जी आवाज है वो साढ़े गोपी जी जरूर देने बहुत बहुत धन्यवाद हेलो दो नंबर ग्राउंड के जो ऑफिशियल वीर पहुंचते हो जाए दो नंबर ग्राउंड के ऑफिशियल वीर जो पहुंचते हो जाए रसूलपुर के झनेर ये भी टीम है एक नंबर के बी की टीम है झनेर की यह भी टीम जी तैयार रहन मेरी बेनती है वीरों मनाली ते किसान हरियाणे की टीम यह भी टीम जी अपने मैच के अनुसार ही ग्राउंड आ जाए राउके कला ते गहना दो नंबर के चलिया जा दो नंबर के जग्गा खुरद जी ने एक लीड वाला माइक दे दियो जी मेरी बेनती है इधर बूटा छापा जी वह भी साढ़े दरम्यान पुजे हुए ने रायकोट की यंग कबड्डी क्लब के प्रधान साहब ने नाल आजाद सेवा सोसायटी के प्रधान साहब ने वह भी रायकोट तो साढ़े दरम्यान पुजे हुए ने बूटा छापा जी विशेष तौर पर धन्यवाद किया जा रहा है सारी संगत के वालों ना ही रायकोट के कबड्डी कप के आप सारी संगत को सदे दे रहे हैं दसंबर की 16 तरीक मेरे वीरियो भजी आ रही है बूटा छापा जी के कबड्डी कप की हुण कोई टीम जी ना आवे बेनती है हुण कोई टीम जी ना आवे सारे वीरों नूं हथ बन के बेनती है हुण कोई टीम जी ना आवे रसूलपुर के झनेर भी ये भी टीम तैयार रहन माणू के संधु ते धनौला दोनों टीम ग्राउंड आ चुकिया ने धन्यवाद है हेलो ए नंबर ग्राउंड के जो अगला मैच होना रसूलपुर के झनेर बी दीआं टीमां यह बिना किसी देरी तो ग्राउंड दे दिल्ली साइड जेड़ा बहुत जगह पई है उत्थे आके अपने आप नूं वार्म अप कर लैण सारे खिडारी उधरों कहने धूरे दे कबड्डी टूरनामेंट का लंडी जीव का जेतू वर्ल्ड वार दे केसी दे नाल जवाइंड जोधपुर चीमिया का कहने फौजी एक बार ताड़ी मार दो दर्शक वीरो दुनिया का कहने चखेता खिडारी है जद ये सीजन शुरू होया तां सीजन के पहले टूरनामेंट के छापे के टूरनामेंट का यह कहने मोटरसाइकिल का जेतू है दुनिया के प्रसिद्ध खिडारियों की गल होनी है अज इस टूरनामेंट के उ रसूलपुर के झनेर भी एक नंबर कबड्डी ग्राउंड के टीम पहुंच जा माइक से साडा वीर गोपी जग्गा खुरद जी बेनती है माइक लै लैन दो नंबर ग्राउंड में चले जा जग्गा खुरद जी मेरे को लिस्ट लै लैन दो नंबर ग्राउंड की जग्गा खुरद जी बेनती है वीर न कनेडा एवर स्पोर्ट की टीम का कहने राज जकेपल वाला भी पुज गया एक बार ताड़ी मार दो दर्शक वीरो दुनिया का कहने प्रसिद्ध जाफी है बबल होनी मनवीर आज होनी माण करते हैं जिस नौजवान की खेड के उत्ते अगला मैच जरा खेडिया जाना रसूलपुर के झनेर बी का एक नंबर कबड्डी ग्राउंड के खेडिया जाना तो उस तो बाद मनौली से किसान हरियाणा चांगली से नानकसर कलेर जलाल से अंबी क्लब हठूर यह टीम अपने अपने मैच अनुसार जिहड़ियां ग्राउंड दे विच जरूर पुजणगियां बहुत बहुत धन्यवाद सारे टीम के खिलाड़ियों का हेलो इधरों तारी कहने झनेर वाला भी पुजा जिस खिडारी का कहने अज विशेष तौर के उत्ते दुग्गा के खुशी के नाल मान सम्मान किया जाना इस खिडारी का भी धन्यवाद है धनौला की टीम है जी मेरे खब्बे आता जी टी रोड वाल दूजे बन्ने जी बिल्डिंग वाली साइड मेरी टीम आ गई है वो टीम आ कहने खेड मैदान के मेरे वीरियो माणू के संधुआ की उधरों बॉडी बिल्डर लखी सराज जी उन्होंने मान सम्मान उचेचे तौर के उत्ते जाना सवेर तो साढ़े वीर हाजिर बाहर ने अज इस टूर्नामेंट के जिन्हों का कहने आप विशेष तौर के उत्ते धन्यवाद करते हैं लाखेड़ मैदान के
इधर दो नंबर ग्राउंड दे विच चनेर ए वर्सेस जी बाबा मोरदास क्लब ठुल्ले वाल दिया टीमा जिड़िया जल्दी आ जाना ठुल्ले वाल दी टीमा जिड़ी ग्राउंड विच पुज गया चनेर ए दी टीमा जिड़ी जल्दी आ जावे साडी बेनती है चनेर ए दी टीम दो नंबर ग्राउंड दे विच मैच खेडिया जाना नाली राऊ के कला ते गैला कलूकारा ए भी टीम जी तैयारी खिंच के रखना उस तो अगला मैच खेडा जाएगा राऊ के कला वर्सिज गैला कलूकारा चनेर ए दी टीम दे लई एक मिनट का समा भी उस तो बाद असी टीम कट देनी है चनेर ए हेलो ला जो इधरली साइड दे उत्ते कहने नाजबान मानू के संधुआ वाले हैप्पी दी पई हुई कबड्डी मेरे वीरियो चार जाफी कहने दुनिया के सुपरस्टार मन्ने जान वाले जाफियां दे विच नाम है इन्हां खिडारियां दा एक कनी दे उत्ते जोधपुर चीमिया वाला कहने फौजी लग्या होया डाक्टर दा वीर नाल वेखांगे कहने राज जखेपल दा ते पम्मा बवाणी दा फैसले करदा कि पान जिहड़ा है इस खिडारी दी टीम दे नाल जुड़दा होया मनौली ते किसान पिंड दीआं टीमां दा अगला मैच एक नंबर कबड्डी ग्राउंड दे विच होणा है इह आ कहने पिंदा अगली कबड्डी पौंदली धनौले वाला मेरे वीर बिंदा वाधा होया पूरी तैयारी दे नाल एक पिंदा कहने जाफलैंड दे विच खड़ा धनौले वाला इह आ कहने बिंदा धनौले वाला कबड्डी पौंदली वाधा होया पूरी तैयारी दे नाल उधरों कहने लकी सराज जी साडे वीर बॉडी बिल्डर की दुनिया के बहुत वड्डा नाम है उन्होंने विशेष तौर के उत्ते मान सम्मान किया जाना है ग्राउंड के नजदीक बहुत बहुत धन्यवाद है मनौली ते किसान हरियाणे दी टीमां दा अगला मैच एक नंबर कबड्डी ग्राउंड के खेडिया जाना चांगली ते नानकसर कलेरा कमेंट्री थोड़ी पहले राउंड दे विच घाटी होनी है दर्शक वीरो क्योंकि टीमां दोनों ग्राउंड चलाउणे ने टीमां बहुत ज्यादा वड्डी गिणती दे विच पुज्जियां ने आपां टीमां जरूर बुला लईए हां जी चनेर ए दी टीम जल्दी खेड मैदान दे विच आ जावे चनेर ए ठुल्ले वाल दी टीम पुज गई है ठुल्ले वाल दी टीम आ जिहड़ी पुज चुकी है चनेर दी टीम दे लई अद्धे मिंट दा समा जेकर ना पुज्जी तां असीं कट देंगे उधरों कहने विशेष तौर के उत्ते मान सम्मान किया जा रहा साडे वीर राऊ के कला ते गैला कलूकारा ये दोनों टीमां जल्दी आ जाण राऊ के कला ते गैला कलूकारा बॉडी बिल्डर साडा वीर लखी सराज जी जिन्हां दे बहुत वड्डे चर्चे ने पंजाब की गल है हिंदुस्तान की गल उहनां दा विशेष तौर उत्ते मान सम्मान टूरनामेंट कमेटी वल्लों नाल अगला मैच एक नंबर कबड्डी ग्राउंड के विच मनौली ते किसान हरियाणा साडा वीर कौला प्रधान जी गोपी दे नाल जरूर संपर्क करनगे लाइदली साइड दे उत्ते हैप्पी दी पई हुई कबड्डी है हैप्पी दा वी नां चलदा कनेडा दीआं खेड ग्राउंडां दे विच ते हुण मुकाबला मेरे वीर भिंदे दे नाल हुंदा होया ते पान जिहड़ा हैप्पी अपनी टीम दे नाल जुड़दा होया बिंदा कहने धनौले वाला अगली कबड्डी पौंदली मैदान दे विच बांधदा होया कबड्डी 365.com दे जरिए पूरी दुनिया दे विच आंदे इस टूर्नामेंट दा लाइव टेलीकास्ट कौरा साडा वीर गोपी नाल संपर्क करे हां जी माइक ओवर टू कबड्डी ग्राउंड टू चनेर ए दी टीम आ गए आओ करा जल्दी दे नाल नाल ही राऊ के कला ते गैला कलूकारा ए टीम दे लई 2 मिनट दा समा जेकर पुज गईआं ता ठीक आ नहीं असीं कट देंगे हेलो जगे हो रिया जी जगे लाओ दर्शक वीरां मारा ताड़ी हो गई बल्ले बल्ले ਇਹ ਆ ਕਹਿੰਦੇ ਬਿੰਦਾ ਧਨੌਲੇ ਵਾਲਾ ਮੇਰੇ ਵੀਰਿਓ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਮਨੌਲੀ ਤੇ ਕਿਸਾਨ ਹਰਿਆਣੇ ਦੀਆਂ ਟੀਮਾਂ ਦਾ ਅਗਲਾ ਮੈਚ ਖੇਡਿਆ ਜਾਣਾ ਇਹ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ ਇੱਕ ਨੰਬਰ ਦੇ ਵਿੱਚ ਜ਼ਰੂਰ ਪੁੱਜਣ ਉਧਰੋਂ ਬੂਟਾ ਸ਼ਾਪਾ ਜੀ ਉਹ ਵੀ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਹੋਏ ਨੇ ਅੱਜ ਇਸ ਟੂਰਨਾਮੈਂਟ ਦੇ ਉੱਤੇ ਆਪਾਂ ਧੰਨਵਾਦ ਕਰਦੇ ਹਾਂ ਲਾ ਅਗਲੀ ਕਬੱਡੀ ਪਾਉਣ ਲਈ ਕਹਿੰਦੇ ਕਾਲਾ ਯੂਰਪ ਦੇ ਖੇਡ ਮੇਲਿਆਂ ਦੀ ਸ਼ਿੰਗਾਰ ਬਣਦਾ ਕਦੇ ਕਦੇ ਮੇਰੇ ਵੀਰਿਓ ਰਾਜੇਵਾਲ ਦੇ ਵਿੱਚੋਂ ਮੋਟਰਸਾਈਕਲ ਜਿੱਤਦਾ ਤੇ ਕਦੇ ਲੰਡੀ ਜੀਪ ਜਿੱਤਦਾ ਕਹਿੰਦੇ ਧੂਰਕੋਟ ਦੇ ਵਿੱਚੋਂ ਪਿਸਰੇ ਦਿਨੀ ਲੰਡੀ ਜੀਪ ਦਾ ਜੇਤੂ ਇਹ ਆ ਕਹਿੰਦੇ ਕਾਲਾ ਧਨੌਲੇ ਵਾਲਾ ਯੂਰਪ ਦੇ ਖੇਡ ਮੈਦਾਨਾਂ ਦੀ ਕਹਿੰਦੇ ਸ਼ਾਨ ਬਣਿਆ ਹੋਇਆ ਅੱਜ ਕੱਲ੍ਹ ਪੰਜਾਬ ਦੀ ਗੱਲ ਕਰਦਾ ਲਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਾਲੇ ਧਨੌਲੇ ਵਾਲ ਦੀ ਪਈ ਹੋਈ ਕਬੱਡੀ ਤੇ ਪਾਣ ਜਿਹੜਾ ਧਨੌਲਾ ਦੀ ਟੀਮ ਦੇ ਲਈ ਜੁੜਦਾ ਹੋਇਆ ਇੱਕ ਨੰਬਰ ਕਬੱਡੀ ਗਰਾਊਂਡ ਦੇ ਵਿੱਚ ਮੈਚ ਖੇਡਿਆ ਜਾਣਾ ਮਨੌਲੀ ਤੇ ਕਿਸਾਨ ਹਰਿਆਣਾ ਚਾਂਗਲੀ ਤੇ ਨਾਨਕਸਰ ਕਲੇਰਾਂ ਜਲਾਲ ਤੇ ਅੰਬੀ ਕਲੰਬ ਖਟੂਰ ਇਹ ਟੀਮਾਂ ਜਿਹੜੀਆਂ ਆਪਣੇ ਆਪਣੇ ਮੈਚ ਅਨੁਸਾਰ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਣ ਹੈਪੀ ਕਹਿੰਦੇ ਮਾਨੂ ਕੇ ਸੰਧੂਆਂ ਵਾਲਾ ਕਬੱਡੀ ਪਾਉਂਦਾ ਹੋਇਆ ਮਹਿਤਿਆਣਾ ਸਾਹਿਬ ਦੀ ਪਾਵਨ ਪਿੱਤਰ ਧਰਤੀ ਹੈ ਸੰਤ ਬਲਵੰਤ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਆਉਂਦਾ ਇਹ ਟੂਰਨਾਮੈਂਟ ਐਡਵੋਕੇਟ ਜੈਪਾਲ ਜੀ ਅਹਿਮਦਗੜ ਵਾਲੇ ਉਹ ਵੀ ਉਚੇਚੇ ਤੌਰ ਦੇ ਉੱਤੇ ਪੁੱਜੇ ਹੋਏ ਨੇ ਆਪਣੇ ਮਿੱਤਰਾਂ ਦੇ ਨਾਲ ਹਾਂਜੀ
ਰਾਉ ਤੇ ਕਲਾ ਤੇ ਗਹਿਣਾ ਕੱਲੂ ਘਾਰੇ ਦੀਆਂ ਟੀਮਾਂ ਜਿਹੜੀਆਂ ਇੱਧਰ 2 ਨੰਬਰ ਵਾਲੇ ਪਾਸੇ ਆ ਜਾਣ ਬਾਹਰਲੇ ਪਾਸੇ ਵਾਰਮ ਅਪ ਹੋਣਗੇ ਕਿਸੇ ਵੀ ਟੀਮ ਨੇ ਚੱਲਦੇ ਮੈਚ ਦੇ ਵਿੱਚ ਗਰਾਊਂਡ ਦੇ ਵਿੱਚ ਐਂਟਰ ਨਹੀਂ ਹੋਣਾ ਬੇਨਤੀ ਆ ਸਾਡੀ ਰਾਉ ਤੇ ਕਲਾ ਤੇ ਗਹਿਣਾ ਕੱਲੂ ਘਾਰ ਹਲੋ ਮਨਾਲੀ ਤੇ ਕਿਸਾਨ ਪਿੰਡ ਹਰਿਆਣੇ ਦੀ ਟੀਮ ਆ ਇਹ ਗਰਾਊਂਡ ਦੇ ਵਿੱਚ ਹੈਲੋ ਨਾਲੀ ਲਸਾੜਾ ਗਿੱਲ ਤੇ ਬਾਬਾ ਟਹਿਲ ਦਾ ਸੇਖਾ ਇਹ ਵੀ ਦੋਨੋਂ ਟੀਮਾਂ ਜਿਹੜੀਆਂ 2 ਨੰਬਰ ਗਰਾਊਂਡ ਦੇ ਵਿੱਚ ਆ ਜਾਣ ਸਾਡੀ ਬੇਨਤੀ ਆ ਲਸਾੜਾ ਗਿੱਲ ਤੇ ਬਾਬਾ ਟਹਿਲ ਦਾ ਸੇਖਾ ਹੈਲੋ ਮਨੌਲੀ ਕਿਸਾਨ ਹਰਿਆਣੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਉਧਰੋਂ ਦੀਪਾ ਕਹਿੰਦੇ ਕਿਸਾਨ ਪਿੰਡ ਵਾਲਾ ਹਰਿਆਣੇ ਤੋਂ ਆਪਣੀ ਟੀਮ ਨੂੰ ਲੈ ਕੇ ਪੁੱਜਿਆ ਨਾਲ ਸੀਲੂ ਵਰਗੇ ਕਹਿੰਦੇ ਹਰਿਆਣੇ ਦੀ ਟੀਮ ਦੇ ਇਧਰੋਂ ਬਿੰਦੇ ਧਨੌਲੇ ਵਾਲ ਦੀ ਪਈ ਹੋਈ ਕਬੱਡੀ ਹੈ ਕਿ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਅੱਜ ਕਹਿੰਦੇ ਮੁੰਡੇ ਕੌਡੀਆਂ ਪਾਉਂਦੇ ਨੇ ਜੱਫੇ ਲਾਉਂਦੇ ਨੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਬਿੰਦਾ ਧਨੌਲੇ ਵਾਲਾ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਉਧਰੋਂ ਧਰਵੰਤ ਸਿੰਘ ਜੀ ਸਿਆੜਾ ਅਮਰੀਕਾ ਤੋਂ ਕਬੱਡੀ 365.com ਦੇ ਜ਼ਰੀਏ ਉਹ ਵੀ ਸਾਡੇ ਵੀਰ ਜੁੜੇ ਹੋਏ ਨੇ ਧੰਨਵਾਦ ਆ ਲਾ ਹੈਪੀ ਦੀ ਕਬੱਡੀ ਦੁਨੀਆ ਦੇ ਕਹਿੰਦੇ 4 ਰੁਸਤਮ ਜਾਫੀ ਨੇ ਇੱਕ ਸਾਈਡ ਦੇ ਉੱਤੇ ਕਹਿੰਦੇ ਫੌਜੀ ਜੋਧਪੁਰ ਚੀਮਿਆਂ ਵਾਲਾ ਨਾਲ ਕਨੀ ਦੇ ਉੱਤੇ ਕਹਿੰਦੇ ਭਿੰਦੇ ਵਰਗੇ ਨਾਲ ਰਾਜ ਜਖੇਪਲ ਦਾ ਅੱਜ ਵੱਡੀ ਟੀਮ ਆ ਕਹਿੰਦੇ ਧਨੌਲੇ ਦੀ ਸਾਰੇ ਦਰਸ਼ਕ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ ਨਾਲ ਰਾਜ ਜਖੇਪਲ ਵਾਲਾ ਮੇਰੇ ਵੀਰਿਓ ਪਰ ਪਾਣ ਜਿਹੜਾ ਹੈਪੀ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਉਧਰੋਂ ਕਿਸਾਨ ਪਿੰਡ ਦੀ ਟੀਮ ਹਰਿਆਣੇ ਤੋਂ ਪੁੱਜੀ ਹੈ ਨਾਲ ਮਨੌਲੀ ਦੀ ਟੀਮ ਆ ਜਿਹੜੀ ਉਹ ਗਰਾਊਂਡ ਦੇ ਵਿੱਚ ਜ਼ਰੂਰ ਪੁੱਜ ਜਾਵੇ ਬਹੁਤ ਬਹੁਤ ਧੰਨਵਾਦ ਅਗਲੇ ਮੈਚ ਦੇ ਲਈ ਮੇਰਾ ਵੀਰ ਰੁਪਿੰਦਰ ਜਲਾਲ ਮੈਂ ਅਗਲੇ ਮੈਚ ਦੇ ਲਈ ਬੋਲ ਬੋਲਣ ਦੇ ਵਾਸਤੇ ਗਰਾਊਂਡ ਦੇ ਵਿੱਚ ਪਹੁੰਚਣ ਜੀ ਰੁਪਿੰਦਰ ਜਲਾਲ ਜੀ ਯਾਰੇ ਆ ਚਨੇਰ ਏ ਤੇ ਫੁੱਲੇਵਾਲ ਦੀਆਂ ਟੀਮਾਂ ਦੇ ਦਰਮਿਆਨ ਰਾਉ ਤੇ ਕਲਾ ਤੇ ਗਹਿਲਾ ਕੱਲੂਕਾਰ ਆ ਇਹ ਟੀਮਾਂ ਤਿਆਰੀ ਖਿੱਚ ਕੇ ਰੱਖਣ ਨਾਲ ਹੀ ਲਸਾੜਾ ਗਿੱਲ ਤੇ ਬਾਬਾ ਟਹਿਲ ਦਾ ਸੇਖਾ ਇਹ ਵੀ ਟੀਮਾਂ 2 ਨੰਬਰ ਦੇ ਵਿੱਚ ਆ ਜਾਣ ਇਧਰੋਂ ਕਹਿੰਦੇ ਫੌਜੀ ਨੇ ਦੁਨੀਆ ਨਚਾਈ ਆ ਮਾਰੋ ਤਾੜੀ ਪਰ ਹਲਕੀ ਜੀ ਚੋਟ ਵੱਜੀ ਆ ਮੂਵ ਸਪਰੇ ਜੀ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਮਿਹਰ ਕਰੇ ਕਿ ਜਿੱਦਾਂ ਇਹ ਹੱਸਦੇ ਖੇਡਦੇ ਖਿਡਾਰੀ ਆਏ ਨੇ ਆਪਣੇ ਘਰਾਂ ਤੋਂ ਉਦਾਂ ਹੀ ਹੱਸਦੇ ਖੇਡਦੇ ਵਾਪਸ ਜਾਣ ਮੇਰਾ ਵੀਰ ਰੁਪਿੰਦਰ ਜਲਾਲ ਜੀ ਉਹ ਵੀ ਅਗਲੇ ਮੈਚਾਂ ਦੀ ਗੱਲ ਕਰਨਗੇ ਬਹੁਤ ਬਹੁਤ ਧੰਨਵਾਦ ਹੈ ਹੈਲੋ ਲਸਾੜਾ ਗਿੱਲ ਤੇ ਬਾਬਾ ਟਹਿਲ ਦਾ ਸੇਖਾ ਇਹ ਦੋਨੋਂ ਟੀਮਾਂ ਜਿਹੜੀਆਂ 2 ਨੰਬਰ ਦੇ ਵਿੱਚ ਮੈਚ ਖੇਡਿਆ ਜਾਣਾ ਨਾਲ ਹੀ ਹਿੰਮਤਪੁਰਾ ਬੀ ਤੇ ਛਾਪਾ ਇਹ ਵੀ ਟੀਮਾਂ ਤਿਆਰੀ ਖਿੱਚ ਕੇ ਰੱਖਣ ਹਿੰਮਤਪੁਰਾ ਬੀ ਤੇ ਛਾਪਾ ਮੂਸ ਪਰੇ ਆ ਜਿਹੜੀ ਪੁੱਜਦੀ ਕਰ ਦੇਣਗੇ ਸਾਡੇ ਵੀਰ ਲਾਲੀ ਹੋਣੀ ਬਹੁਤ ਬਹੁਤ ਧੰਨਵਾਦ ਰਿੰਕੀ ਹੋਣੀ ਲਸਾੜਾ ਗਿੱਲ ਤੇ ਬਾਬਾ ਟਹਿਲ ਦਾ ਸੇਖਾ ਇਹ ਦੋਨੋਂ ਟੀਮਾਂ ਜਿਹੜੀਆਂ ਜਲਦੀ ਆ ਜਾਣ 2 ਨੰਬਰ ਗਰਾਊਂਡ ਦੇ ਵਿੱਚ ਮੈਚ ਖੇਡਿਆ ਜਾਵੇਗਾ ਲਸਾੜਾ ਗਿੱਲ ਤੇ ਬਾਬਾ ਟਹਿਲ ਦਾ ਸੇਖਾ ਹੈਲੋ ਹੈਲੋ ਆ ਜਾਇਲ ਵਾਲਾ ਵੀਰ ਕਿੱਥੇ ਆ ਜੀ
स्टेज ते संपर्क करन जाण वाला वीर हेलो 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 दो नंबर ग्राउंड दे विच पानी वाली बाल्टी भेज दो जी प्रधान कौरा जी दो नंबर ग्राउंड विच पानी पुजदा करो जी हेलो ਮਾਨੂ ਕਿਆਂ ਦੀ ਟੀਮ ਦੇ 8.5 ਪੁਆੜ ਨੇ ਤੇ ਧਨੌਲੇ ਦੀ ਟੀਮ ਦੇ 9 ਪੁਆੜ ਨੇ ਇੱਕ ਵਾਰ ਤਾੜੀ ਮਾਰ ਦਿਓ ਦਰਸ਼ਕ ਵੀਰੋ ਧਨੌਲੇ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਹੈ ਮੈਚ ਤੇ ਮੇਰਾ ਵੀਰ ਰੁਪਿੰਦਰ ਜਲਾਲ ਜੀ ਅਗਲੀ ਗੱਲ ਕਰਨਗੇ ਬਹੁਤ ਬਹੁਤ ਧੰਨਵਾਦ ਹੈ ਮਨੌਲੀ ਦਾ ਮੈਚ ਕਿਸਾਨ ਪਿੰਡ ਹਰਿਆਣੇ ਦੇ ਵਿੱਚੋਂ ਚੱਲ ਕੇ ਆਈ ਹੋਈ ਟੀਮ ਹੈ ਲੈ ਵੀ ਦੀਪੇ ਕਿਸਾਨ ਵਾਲਿਆ ਦਰਸ਼ਕਾਂ ਦੇ ਨਾਲ ਕਹਿਣਾ ਫਤਿਹ ਸਾਂਝੀ ਕਰ ਇੱਕ ਵਾਰ ਤਾੜੀ ਮਾਰ ਦਿਓ ਦਰਸ਼ਕ ਵੀਰੋ ਦੀਪਾ ਕਿਸਾਨ ਪਿੰਡ ਵਾਲਾ ਨਾਲ ਸੀਲੂ ਵਰਗੇ ਦੁਨੀਆ ਦੇ ਸੁਪਰ ਸਟਾਰ ਕਾਰੀਆਂ ਦੀ ਗੱਲ ਹੈ ਮੂਵ ਸਪਰੇ ਆ ਜਿਹੜੀ ਕਬੱਡੀ ਦੇ ਗਰਾਊਂਡ ਵਿੱਚ ਭੇਜ ਦਿੱਤੀ ਜਾਵੇ ਮੂਵ ਸਪਰੇ ਹੈਲੋ ਲਸਾੜਾ ਗਿੱਲ ਤੇ ਬਾਬਾ ਟਹਿਲ ਦਾ ਸੇਖਾ ਇਹ ਵੀ ਦੋਨੋਂ ਟੀਮਾਂ ਜਿਹੜੀਆਂ ਜਲਦੀ ਆ ਜਾਣ ਹੈਲੋ ਹੈਲੋ ਗਿਆਨ ਤੇ ਅਨਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਘਰ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਘਰ ਰਾਖੀ ਮੇਰੀ ਸਭ ਤੋਂ ਪਹਿਲਾਂ ਸਾਰੀ ਪੂਜੀ ਹੋਈ ਸੰਗਤ ਨੂੰ ਜਿਹੜੇ ਵੀਰ ਸਾਡੇ ਲਾਈਵ ਵੇਖ ਰਹੇ ਨੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ kabaddi365.com ਦੇ ਜ਼ਰੀਏ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਆਪ ਸਭ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ ਅੱਜ ਦਾ ਦਿਨ ਕਹਿੰਦੇ ਸੰਦੌੜ ਦਾ ਟੂਰਨਾਮੈਂਟ ਜਿਹੜਾ ਭਰ ਜੋ ਬੰਤੇ ਆ ਮੇਰੇ ਵੀਰੋ ਦਰਸ਼ਕ ਨੇ ਜਿਹੜੇ ਦੂਰ ਦਰਾਡੇ ਤੋਂ ਪੁੱਜੇ ਹੋਏ ਨੇ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਰੇ ਵੀਰੋ ਅੱਜ ਦਾ ਇਹ ਜਿਹੜਾ ਟੂਰਨਾਮੈਂਟ ਹੈ ਯੰਗ ਸਪੋਰਟਸ ਕਬੱਡੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਇਸ ਖੇਡ ਮੈਦਾਨ ਦੇ ਵਿੱਚ ਖੇਡਣ ਦੇ ਲਈ ਪੁੱਜੇ ਹੋਏ ਹੈ ਜੋ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ ਲਓ ਦਰਸ਼ਕ ਵੀਰ ਨੋਟ ਕਰਨਗੇ ਮੇਨ ਗੇਟ ਵਾਲੀ ਸਾਈਡ ਜੋ ਟੀਮ ਪੁੱਜ ਗਈ ਹੈ ਇਹ ਟੀਮ ਕਹਿੰਦੇ ਮਨੌਲੀ ਦੀ ਹੈ ਤੇ ਦੂਜੇ ਪਾਸੇ ਮੇਰੇ ਵੀਰਿਓ ਪੰਜਾਬ ਦਾ ਕਹਿੰਦੇ ਭਰਾ ਆ ਹਰਿਆਣਾ ਤੇ ਹਰਿਆਣੇ ਦਾ ਕਿਸਾਨ ਪਿੰਡ ਹੈ ਜਿਹੜਾ ਉਹ ਬੜਾ ਮਸ਼ਹੂਰ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਕਬੱਡੀ ਪੈਂਦੀ ਹੋਈ ਕੌਡੀ ਲੱਖ ਲੱਖ ਦੀ ਤੇ ਸੱਦੋ ਵਾਲੀ ਆ ਮੀਂਹ ਫੈਸਲਾ ਕਰ ਰਿਹਾ ਹੈ ਇਸ ਵੇਲੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਇਸ ਵੇਲੇ ਸਟਾਪਰ ਦੇ ਹਿੱਸੇ ਜਾ ਜੁੜਿਆ ਹੈਲੋ ਇੱਕ ਮਿੰਟ ਰੁਪਿੰਦਰ ਜੀ ਜ਼ਰੂਰ ਜੀ ਜ਼ਰੂਰ ਮੇਰੇ ਵੀਰ ਕਿਉਂਕਿ ਆਪਾਂ ਟੀਮਾਂ ਬੁਲਾਉਣੀਆਂ ਤੇ ਅੱਜ ਟੀਮਾਂ ਮੇਰਾ ਖਿਆਲ ਹੈ 50 ਦੇ ਕਰੀਬ ਪੁੱਜੀਆਂ ਦੋ ਗਰਾਊਂਡ ਆਪਾਂ ਜਿਹੜੇ ਚਲਾਉਣੇ ਆ ਤੇ